ਯਾਬੀ ਐਕਸਪ੍ਰੈਸ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਪਣੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਸਾਨੂੰ ਕੈਨੇਡਾ ਦੇ ਵਿੱਚ ਕਿਹੜੀ ਕਾਰ ਬਾਇ ਕਰਨੀ ਚਾਹੀਦੀ ਹੈ ਕੈਨੇਡਾ ਦੇ ਵਿੱਚ ਕਾਰ ਹੋਣਾ ਇੱਕ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਤੇ ਨਾਲ ਦੀ ਨਾਲੇ ਸਾਡੀ ਲਾਇਬਿਲਟੀ ਵੀ ਹੈ ਲਾਇਬਿਲਟੀ ਦਾ ਮਤਲਬ ਜਿਹੜੀ ਚੀਜ਼ ਤੁਹਾਡਾ ਖਰਚਾ ਕਰਾਉਂਦੀ ਆ ਬੜ ਤੁਹਾਨੂੰ ਆਉਟਪੁੱਟ ਇੰਨਾ ਕੁਝ ਜ਼ਿਆਦਾ ਨਹੀਂ ਦਿੰਦੀ ਸੋ ਬੀ ਕੇਅਰਫੁਲ ਜਦੋਂ ਵੀ ਤੁਸੀਂ ਕਾਰ ਬਾਇ ਕਰਦੇ ਹੋ ਤੁਹਾਨੂੰ ਮਕੈਨਿਕਲ ਜਾਂ ਕਾਰ ਦੀ ਨੌਲੇਜ ਹੋਵੇ ਚਾਹੇ ਨਾ ਹੋਵੇ ਪਰ ਕੁਝ ਕੁਐਸਚਨ ਨੇ ਜੋ ਤੁਹਾਨੂੰ ਆਪਣੇ ਬਾਰੇ ਕਲੀਅਰ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਪਹਿਲਾ ਕੁਐਸਚਨ ਇਹ ਆ ਵੀ డు ਯੂ ਨੀਡ ਅ ਕਾਰ ਕਿ ਤੁਹਾਨੂੰ ਕਾਰ ਦੀ ਜ਼ਰੂਰਤ ਹੈ ਸੈਕਿੰਡ ਪੁਆਇੰਟ ਹੈ ਅਫੋਰਡੇਬਿਲਟੀ ਥਰਡ ਪੁਆਇੰਟ ਹੈ ਕਿ ਤੁਹਾਨੂੰ ਨਵੀਂ ਕਾਰ ਬਾਇ ਕਰਨੀ ਚਾਹੀਦੀ ਆ ਜਾਂ ਯੂਜ਼ਡ ਕਾਰ ਬਾਇ ਕਰਨੀ ਚਾਹੀਦੀ ਆ ਫੋਰਥ ਪੁਆਇੰਟ ਆ ਵੀ ਤੁਹਾਨੂੰ ਲੀਜ਼ ਤੇ ਕਾਰ ਬਾਇ ਕਰਨੀ ਚਾਹੀਦੀ ਆ ਕੈਸ਼ ਤੇ ਜਾਂ ਫਾਈਨਾਂਸ ਕਰਾਉਣੀ ਚਾਹੀਦੀ ਆ ਫਿਫਥ ਪੁਆਇੰਟ ਇਹ ਆ ਵੀ ਕਿ ਤੁਹਾਨੂੰ ਜੋ ਐਕਸਪੈਂਸ ਨੇ ਤੁਹਾਡੇ ਕਾਰ ਦੇ ਰਿਲੇਟਡ ਇਹ ਸਾਰੇ ਪੁਆਇੰਟ ਆਪਸ ਦੇ ਵਿੱਚ ਇੰਟਰ ਰਿਲੇਟ ਕਰਦੇ ਨੇ ਸੋ ਪਲੀਜ਼ ਵੀਡੀਓ ਨੂੰ ਨਾ ਸਕਿਪ ਕਰਿਓ ਤੇ ਆਪਾਂ ਪੂਰੇ ਪੁਆਇੰਟ ਡਿਸਕਸ ਕਰਾਂਗੇ ਸਟੈਪ ਵਾਈਜ਼ ਸਟੈਪ ਹੁਣ ਅਸੀਂ ਪਹਿਲਾ ਪੁਆਇੰਟ ਡਿਸਕਸ ਕਰਾਂਗੇ ਡੂ ਵੀ ਨੀਡ ਆ ਕਾਰ ਇਹ ਕੁਐਸਚਨ ਤੁਸੀਂ ਕਹੋਗੇ ਵੀ ਕਿਉਂ ਪੁੱਛਿਆ ਜਾ ਰਿਹਾ ਜਦ ਕਿ ਕੈਨੇਡਾ ਦੇ ਵਿੱਚ ਕਾਰ ਇੱਕ ਇੰਪੋਰਟੈਂਟ ਪਾਰਟ ਆ ਇਹ ਕੁਐਸਚਨ ਉਹਨਾਂ ਦੇ ਲਈ ਆ ਜਿਹੜੇ ਕਿ ਡਾਊਨਟਾਊਨ ਦੇ ਵਿੱਚ ਰਹਿੰਦੇ ਨੇ ਕਿਉਂਕਿ ਡਾਊਨਟਾਊਨ ਦੇ ਵਿੱਚ ਰਹਿਣ ਦਾ ਇੱਕ ਪਲੱਸ ਪੁਆਇੰਟ ਹੁੰਦਾ ਤੁਹਾਨੂੰ ਬਹੁਤ ਹੀ ਜ਼ਿਆਦਾ ਕਨੈਕਟੀਵਿਟੀ ਮਿਲਦੀ ਆ ਤੇ 네ਗੇਟਿਵ ਪੁਆਇੰਟ ਇਹ ਹੁੰਦਾ ਕਿ ਤੁਹਾਡੇ ਲਈ ਪਾਰਕਿੰਗ ਨਹੀਂ ਮਿਲਦੀ। ਪਾਰਕਿੰਗ ਡਾਊਨਟਾਊਨ ਦੇ ਵਿੱਚ ਇੱਕ ਹੈਡਕ ਮੰਨਿਆ ਜਾਂਦਾ ਜਾਂ ਇੱਕ ਬਹੁਤ ਹੀ ਜ਼ਿਆਦਾ ਕਾਸਟਲੀ ਐਕਸਪੈਂਸ ਮੰਨਿਆ ਜਾਂਦਾ। ਸੋ ਡਾਊਨਟਾਊਨ ਦੇ ਵਿੱਚ ਰਹਿੰਦਿਆਂ ਲਈ ਇਹ ਕੁਐਸਚਨ ਬਹੁਤ ਜ਼ਿਆਦਾ ਮੈਟਰ ਕਰਦਾ ਕਿ ਡੂ ਵੀ ਨੀਡ ਆ ਕਾਰ অর ਨਾਟ ਕਿਉਂਕਿ ਡਾਊਨਟਾਊਨ ਦੇ ਵਿੱਚ ਪਾਰਕਿੰਗ 300 ਤੋਂ ਲੈ ਕੇ 400 ਡਾਲਰ ਤੱਕ ਪੇਡ ਪਾਰਕਿੰਗ ਮਿਲਦੀ ਆ ਜਿਹੜਾ ਕਿ ਬਹੁਤ ਵੱਡਾ ਐਕਸਪੈਂਸ ਹੋ ਜਾਂਦਾ। ਡੇਸ ਦੇ ਵਿੱਚ ਗੱਡੀ ਦੀ ਇਨਸਟਾਲਮੈਂਟਸ ਤੇ ਇੰਸ਼ੋਰੈਂਸ ਨੂੰ ਆਪ ਐਡ ਕਰਦੇ ਆ। ਇੱਕ ਬਹੁਤ ਵੱਡਾ ਐਕਸਪੈਂਸ ਬਣ ਜਾਂਦਾ ਜਿਹੜਾ ਕਿ ਰੌਂਡ 700 ਤੋਂ ਲੈ ਕੇ 800 ਡਾਲਰ ਤੱਕ ਕੱਡੀ ਦਾ ਐਕਸਪੈਂਸ ਬਣ ਜਾਂਦਾ ਸਾਨੂੰ ਦੇਖਣਾ ਚਾਹੀਦਾ ਕਿ ਡੂ ਵੀ ਨੀਡ ਆ ਕਾਰ ਕਿ ਸਾਨੂੰ ਇਸ ਸਿਚੁਏਸ਼ਨ ਦੇ ਵਿੱਚ ਕਾਰ ਚਾਹੀਦੀ ਆ ਜਾਂ ਅਸੀਂ ਜੇ ਕਿਤੇ ਕਿਤੇ ਘੁੰਮਣ ਫਿਰਨ ਜਾਂਦੇ ਆ ਸਾਨੂੰ ਊਬਰ ਕਰਾ ਕੇ ਜਾਣਾ ਸਸਤਾ ਪੈਂਦਾ ਸੋ ਇਹ ਕੁਐਸਚਨ ਉਹਨਾਂ ਲਈ ਆ ਆਦਰਵਾਈਜ਼ ਜੇ ਤੁਹਾਡੇ ਕੰਮ ਤੱਕ ਤੇ ਗ੍ਰੋਸਰੀ ਸਟੋਰ ਤੱਕ ਇੰਨੀ ਜ਼ਿਆਦਾ ਕਨੈਕਟੀਵਿਟੀ ਨਹੀਂ ਆ ਤਾਂ ਤੁਹਾਨੂੰ ਕਾਰ ਰੱਖਣੀ ਪੈਂਦੀ ਆ ਇਹ ਕਾਰ ਦਾ ਖਰਚਾ ਅਫੋਰਡੇਬਿਲਟੀ ਦੇ ਵਿੱਚ ਉਦੋਂ ਹੀ ਕਨਸੀਡਰ ਕੀਤਾ ਜਾਂਦਾ ਜਦੋਂ ਇਹ ਸਾਡਾ ਖਰਚਾ 15% ਸਾਡੀ ਇਨਕਮ ਦਾ ਹੋਵੇ ਆਦਰਵਾਇਸ ਤੁਹਾਡੇ ਲਈ ਇਹ ਸਿਰਦਰਦੀ ਬਣ ਸਕਦੀ ਹੈ ਆਨ ਅਲ ਟਾਈਮ ਦੇ ਵਿੱਚ ਇਹ 15% ਜਿਹੜਾ ਐਕਸਪੈਂਸ ਦੀ ਮੈਂ ਗੱਲ ਕਰ ਰਿਹਾ ਇਹ ਆਪਾਂ ਟੋਟਲ ਕੈਲਕੂਲੇਟ ਕਰਾਂਗੇ ਵੀਡੀਓ ਦੇ ਵਿੱਚ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਇਹ ਖਰਚਾ 15% ਤੋਂ ਘੱਟ ਆਉਂਦਾ ਹੈ ਜਿਹੜੀ ਕਾਰ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਜਰੂਰ ਤੁਸੀਂ ਕਾਰ ਬਾਈ ਕਰੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਤੁਹਾਨੂੰ ਕੁਝ ਪੁਆਇੰਟ ਆਪਣੇ ਬਾਰੇ ਪਤਾ ਹੋਣੇ ਚਾਹੀਦੇ ਜਿਨ੍ਹਾਂ ਦੇ ਵਿੱਚ ਪਹਿਲਾ ਪੁਆਇੰਟ ਸੀਗਾ ਡੂ ਵੀ ਨੀਡ ਅ ਕਾਰ ਤੇ ਦੂਜਾ ਪੁਆਇੰਟ ਸੀਗਾ ਅਫੋਰਡੇਬਿਲਟੀ ਤੇ ਤੁਸੀਂ ਇਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਤਾਂ ਆਪਾਂ 3rd ਪੁਆਇੰਟ ਵੱਲ ਮੂਵ ਕਰਦੇ ਹਾਂ 3rd ਪੁਆਇੰਟ ਹੈਗਾ ਸਾਡਾ ਕੀ ਅਸੀਂ ਨਵੀਂ ਕਾਰ ਬਾਏ ਕਰੀਏ ਜਾਂ ਯੂਜ਼ਡ ਕਾਰ ਬਾਏ ਕਰੀਏ ਇਸ ਚੀਜ਼ ਨੂੰ ਮੈਂ ਤਿੰਨ ਕੈਟਾਗਰੀ ਦੇ ਵਿੱਚ ਡਿਵਾਈਡ ਕਰੂੰਗਾ ਸਭ ਤੋਂ ਪਹਿਲਾ ਪੁਆਇੰਟ ਰੱਖੂੰਗਾ ਕੈਸ਼ ਕਾਰ ਕੈਸ਼ ਕਾਰ ਦੇ ਵਿੱਚ ਅਸੀਂ ਉਹ ਕਾਰਸ ਨੂੰ ਰੱਖਾਂਗੇ ਜੀ ਦੀ ਕੀਮਤ 10000 ਡਾਲਰ ਤੋਂ ਘੱਟ ਆ ਸੈਕੰਡ ਪੁਆਇੰਟ ਦੇ ਵਿੱਚ ਅਸੀਂ ਉਹ ਕਾਰਸ ਰੱਖਾਂਗੇ ਜਿਹੜੀਆਂ 3 ਤੋਂ 4 ਸਾਲ ਪੁਰਾਣੀਆਂ ਹੁੰਦੀਆਂ ਨੇ ਤੇ ਅਸੀਂ ਫਾਈਨਾਂਸ ਕਰਾਉਂਦੇ ਨੇ ਤੇ ਥਰਡ ਕੈਟਾਗਰੀ ਦੇ ਵਿੱਚ ਅਸੀਂ ਨਿਊ ਕਾਰ ਰੱਖਾਂਗੇ ਹੁਣ ਆਪਾਂ ਗੱਲ ਕਰਾਂਗੇ ਫਰਸਟ ਕੈਟਾਗਰੀ ਦੀ ਜਿਹੜੀ ਕਿ ਕੈਸ਼ ਕਾਰ ਦੀ ਆ ਜੇ ਤੁਹਾਡੇ ਅਕਾਊਂਟ ਦੇ ਵਿੱਚ 10000 ਡਾਲਰ ਪਏ ਨੇ ਤੇ ਤੁਹਾਨੂੰ ਅਗਲੇ 3-4 ਮਹੀਨੇ ਲਈ ਉਹ ਪੈਸੇ ਨਹੀਂ ਚਾਹੀਦੇ ਤਾਂ ਤੁਸੀਂ ਅੱਖਾਂ ਬੰਦ ਕਰਕੇ ਕੈਸ਼ ਕਾਰ ਬਾਇ ਕਰ ਲਓ ਥੋੜੀ ਜਿਹੀ ਰਿਸਰਚ ਦੀ ਲੋੜ ਹੋਊਗੀ ਤੁਹਾਨੂੰ ਤੇ ਥੋੜੀ ਜਿਹੀ ਮਕੈਨਿਕਲ ਨੌਲੇਜ ਇਕੱਠੀ ਕਰਨੀ ਪੈਣੀ ਆ ਜਾਂ ਤੁਸੀਂ ਕਿਸੇ ਮਕੈਨਿਕ ਨੂੰ ਦਿਖਾ ਕੇ ਕੋਈ ਕੈਸ਼ ਕ ਜਿਹੜੀ ਕਿ अराउंड 8 ਜਾਂ 9 ਸਾਲ ਪੁਰਾਣੀ ਚੱਲੀ ਹੋਵੇ ਉਹ ਬਾਇ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ 10000 ਡਾਲਰ ਆਨ ਵਾਲੇ 3-4 ਮਹੀਨੇ ਦੇ ਵਿੱਚ ਸੇਵ ਕਰ ਸਕਦੇ ਹੋ ਤਾਂ ਤੁਸੀਂ ਇਹ ਵੀਡੀਓ ਸਕਿਪ ਕਰ ਦਿਓ ਤੁਹਾਡੇ ਲਈ ਬੈਸਟ ਆਪਸ਼ਨ ਹੋਊਗਾ ਹੁਣ ਆਪਾਂ ਗੱਲ ਕਰਾਂਗੇ ਆਪਣੀ ਸੈਕੰਡ ਕੈਟਾਗਰੀ ਦੀ ਜਿਹੜੀ ਕਿ ਨਿਊ ਕਾਰ ਦੀ ਹੈ ਜੇ ਤੁਸੀਂ ਫਾਈਨਾਂਸ ਨੂੰ ਅੱਛੀ ਤਰ੍ਹਾਂ ਸਮਝਦੇ ਹੋ ਤੇ ਆਪਣੇ ਘਰ ਨੂੰ ਇੱਕ ਬਜਟ ਦੇ ਅਕੋਰਡਿੰਗ ਚਲਾਉਂਦੇ ਹੋ ਤਾਂ ਤੁਹਾਨੂੰ ਨਿਊ ਕਾਰ ਬਾਇ ਕਰਨਾ ਇਸ ਨਾਟ ਰਿਕਮੈਂਡੇਡ ਇੱਕ ਕੰਡੀਸ਼ਨ ਤੇ ਤੁਸੀਂ ਸਿਰਫ ਨਿਊ ਕਾਰ ਬਾਇ ਕਰ ਸਕਦੇ ਹੋ ਜੇ ਤੁਹਾਨੂੰ 0% ਇੰਟਰਸਟ ਤੇ ਲੋਨ ਮਿਲ ਰਿਹਾ ਇਸ ਦੇ ਨਾਲ ਨਾਲ ਤੁਹਾਨੂੰ ਕੋਈ ਬਿੱਗ ਡਿਸਕਾਊਂਟ ਮਿਲਦਾ ਨਵੀਂ ਕਾਰ ਦੇ ਉੱਤੇ ਆਦਰਵਾਇਸ ਨਿਊ ਕਾਰ ਬਾਇ ਕਰਨਾ ਇਸ ਨਾਟ ਰਿਕਮੈਂਡੇਡ ਜੇ ਤੁਸੀਂ 10 ਸਾਲ ਤੋਂ ਜ਼ਿਆਦਾ ਰੱਖਣਾ ਚਾਹੁੰਦੇ ਹੋ ਜਾਂ ਤੁਹਾਡੇ ਡਰਾਈਵਿੰਗ ਸਕਿਲਸ ਬਹੁਤ ਅੱਛੇ ਨੇ ਤਾਂ ਹੀ ਤੁਸੀਂ ਨਿਊ ਕਾਰ ਬਾਇ ਕਰੋ ਕਿਉਂਕਿ ਨਵੀਂ ਕਾਰ ਜਦੋਂ ਵੀ ਤੁਸੀਂ ਬਾਇ ਕਰਦੇ ਹੋ ਤੇ 10000 ਕਿਲੋਮੀਟਰ ਚੱਲ ਪੈਂਦੀ ਹੈ ਤੇ ਤੁਸੀਂ ਸੇਮ ਕਾਰ ਨੂੰ ਲੈ ਕੇ ਤੁਸੀਂ ਡੀਲਰਸ਼ਿਪ ਤੇ ਸੇਲ ਕਰਨ ਜਾਓਗੇ ਤਾਂ ਉਸ ਦੀ ਵੈਲਿਊ ਤੁਹਾਨੂੰ 10 ਤੋਂ 15000 ਡਾਲਰ ਘੱਟ ਮਿਲੂਗੀ ਜੋ ਕਿ ਇੱਕ ਬਹੁਤ ਵੱਡੀ ਡਿਸਐਡਵਾਂਟੇਜ ਆ ਬਾਇੰਗ ਅ ਨਿਊ ਕਾਰ ਦੀ ਹੁਣ ਆਪਾਂ ਗੱਲ ਕਰਾਂਗੇ ਆਪਣੀ ਥਰਡ ਕੈਟਾਗਰੀ ਦੀ ਜਿਸ ਦੇ ਵਿੱਚ 3 ਤੋਂ 4 ਸਾਲ ਪੁਰਾਣੀਆਂ ਗੱਡੀਆਂ ਆਉਂਦੀਆਂ ਨੇ 90% ਕੇਸਿਸ ਦੇ ਵਿੱਚ ਇਹ ਗੱਡੀਆਂ ਫਾਈਨਾਂਸ ਹੁੰਦੀਆਂ ਨੇ ਆਪਾਂ ਕੁਝ ਪੁਆਇੰਟ ਡਿਸਕਸ ਕਰਾਂਗੇ ਜਿਸ ਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਜਾਂ ਨਹੀਂ ਪਹਿਲਾ ਪੁਆਇੰਟ ਆ ਸਾਡਾ ਵੈਲਿਊ ਆਫ ਕਾਰ ਜਿਹੜੀ ਤੁਸੀਂ ਕਾਰ ਬਾਇ ਕਰ ਰਹੇ ਹੋ ਕਿ ਉਹ ਰਾਈਟ ਵੈਲਿਊ ਤੇ ਬਾਇ ਕਰ ਰਹੇ ਹੋ ਇਸ ਦੇ ਲਈ ਤੁਸੀਂ ਮਾਰਕੀਟ ਦੇ ਵਿੱਚ ਰਿਸਰਚ ਕਰ ਸਕਦੇ ਹੋ ਕੁਝ ਅਲੱਗ-ਅਲੱਗ ਵੈਬਸਾਈਟ ਚੈੱਕ ਕਰ ਸਕਦੇ ਹੋ ਤੇ ਤੁਸੀਂ ਨਾਲ ਦੀ ਨਾਲ ਡਾਇਰੈਕਟ ਸੈਲਰ ਤੱਕ ਵੀ ਅਪਰੋਚ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਉਹ ਕਾਰ ਦੀ ਰਾਈਟ ਵੈਲਿਊ ਕੀ ਆ ਤੁਹਾਨੂੰ ਇਸ ਨਾਲ ਆਈਡੀਆ ਹੋ ਜਾਏਗਾ ਕਿ ਤੁਹਾਨੂੰ ਡੀਲਰ ਇੱਕ ਸਹੀ ਵੈਲਿਊ ਤੇ ਕਾਰ ਸੈਲ ਕਰ ਰਿਹਾ ਹੈ ਜਾਂ ਓਵਰ ਪ੍ਰਾਈਜ਼ਡ ਕਰ ਰਿਹਾ ਹੈ। ਸੈਕੰਡ ਪੁਆਇੰਟ ਦੇ ਵਿੱਚ ਤੁਸੀਂ ਡੀਲਰ ਦੇ ਨਾਲ ਨੇਗੋਸ਼ੀਏਸ਼ਨ ਕਰ ਸਕਦੇ ਹੋ ਜਿਹਦੇ ਦੇ ਵਿੱਚ ਤੁਸੀਂ 500 ਤੋਂ ਲੈ ਕੇ 1000 ਡਾਲਰ ਗੱਡੀ ਦੀ ਵੈਲਿਊ ਦੇ ਉੱਤੇ ਆਫ ਮੰਗ ਸਕਦੇ ਹੋ। ਨਾਲ ਦੀ ਨਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜੇ ਕੋਈ ਫ੍ਰੀ ਸਰਵਿਸ ਪ੍ਰੋਵਾਈਡ ਕਰ ਸਕਦਾ ਤਾਂ ਤੁਸੀਂ ਉਹ ਵੀ ਜ਼ਰੂਰ ਐਡ-ਆਨ ਕਰਵਾਓ। ਹੁਣ ਆਪਾਂ 3rd ਪੁਆਇੰਟ ਡਿਸਕਸ ਕਰਾਂਗੇ ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ। ਉਹ ਹੈਗਾ ਇੰਟਰਸਟ ਰੇਟ ਇਸ ਨੂੰ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ ਜੇ ਤੁਸੀਂ 20000 ਡਾਲਰ ਦੀ ਗੱਡੀ ਬਾਇ ਕਰਦੇ ਹੋ ਤੇ ਡੀਲਰ ਤੁਹਾਨੂੰ 6 ਤੋਂ 7% ਇੰਟਰਸਟ ਰੇਟ ਲਾਉਂਦਾ ਹੈ 5 ਸਾਲਾਂ ਦੇ ਲਈ ਤਾਂ ਉਹੀ ਗੱਡੀ ਦੀ ਜਿਹੜੀ ਵੈਲਿਊ ਤੁਸੀਂ ਪੇ ਕਰਨੀ ਹੈ 5 ਸਾਲ ਦੇ ਵਿੱਚ ਉਹ 28 ਤੋਂ 30000 ਡਾਲਰ ਹੋ ਜਾਂਦੀ ਹੈ 20000 ਦੀ ਗੱਡੀ ਤੁਸੀਂ 30000 ਪੇ ਕਰ ਰਹੇ ਹੋ 7 ਤੋਂ 8% ਇੰਟਰਸਟ ਰੇਟ ਬਹੁਤ ਜ਼ਿਆਦਾ ਮੰਨਿਆ ਜਾਂਦਾ ਅਕੋਰਡਿੰਗ ਟੂ ਫਾਈਨੈਂਸ਼ੀਅਲ ਐਡਵਾਈਜ਼ਰ ਜੇ ਇਹੀ ਇੰਟਰਸਟ ਰੇਟ ਤੁਹਾਨੂੰ 5% ਤੇ ਮਿਲਦਾ ਥੈਨ ਯੂ ਵਿਲ ਗੋ ਫਾਰ ਇਟ ਜੇ ਤੁਹਾਨੂੰ ਹਾਈ ਇੰਟਰਸਟ ਰੇਟ ਤੇ ਕਾਰ ਮਿਲਦੀ ਆ ਤਾਂ ਤੁਸੀਂ 2 ਤੋਂ 3 ਮਹੀਨੇ ਲਈ ਵੇਟ ਕਰ ਸਕਦੇ ਹੋ ਜਿਹਦੇ ਦੇ ਵਿੱਚ ਤੁਸੀਂ ਆਪਣਾ ਕ੍ਰੈਡਿਟ ਸਕੋਰ ਇੰਪਰੂਵ ਕਰ ਸਕਦੇ ਹੋ ਜਾਂ ਤੁਸੀਂ ਸੇਵਿੰਗ ਕਰਕੇ ਕੈਸ਼ ਕਾਰ ਬਾਇ ਕਰ ਸਕਦੇ ਹੋ ਜਿਹੜਾ ਕਿ ਮੈਂ ਵਾਰ-ਵਾਰ ਦੱਸ ਰਿਹਾ ਕਿ ਬੈਸਟ ਆਪਸ਼ਨ ਆ ਜਦੋਂ ਤੁਸੀਂ ਗੱਡੀ ਫਾਈਨਾਂਸ ਕਰਾਉਂਦੇ ਹੋ ਤਾਂ ਤੁਹਾਨੂੰ ਡੀਲਰ ਕੁਝ ਨਾ ਕੁਝ ਐਡੀਸ਼ਨਲ ਸਰਵਿਸ ਸੇਲ ਕਰਦਾ ਤਾਂ ਤੁਸੀਂ ਉਹਨਾਂ ਨੂੰ ਅਵੋਇਡ ਕਰੋ ਜਿਵੇਂ ਕਿ ਡੀਲਰ ਤੁਹਾਨੂੰ ਕਹਿੰਦਾ ਵੀ ਤੁਸੀਂ ਰਸਟ ਪ੍ਰੂਫਿੰਗ ਲੈ ਲਓ ਤੁਸੀਂ ਟਿੰਟਿੰਗ ਕਰਵਾ ਲਓ ਟਾਇਰਸ ਪਵਾ ਲੋ ਅਲੋਇਸ ਨਵੇਂ ਪਵਾ ਲੋ ਬਟ ਟ੍ਰਾਈ ਟੂ ਅਵੋਇਡ ਇਟ ਤੁਸੀਂ ਇਸ ਨੂੰ ਦੂਜੀ ਮਾਰਕੀਟ ਪਲੇਸ ਤੋਂ ਵੀ ਪਵਾ ਸਕਦੇ ਹੋ ਜੋ ਕਿ ਤੁਹਾਨੂੰ ਘੱਟ ਕੋਸਟ ਕਰੇਗੀ ਹੁਣ ਆਪਾਂ ਆਪਣਾ ਥਰਡ ਪੁਆਇੰਟ ਡਿਸਕਸ ਕਰਾਂਗੇ ਜਿਹੜਾ ਕੀ ਹੈ ਕਿ ਤੁਹਾਨੂੰ ਕੈਸ਼ ਕਾਰ ਬਾਇ ਕਰਨੀ ਚਾਹੀਦੀ ਆ ਜਾਂ ਫਾਈਨਾਂਸ ਕਰਾਉਣੀ ਚਾਹੀਦੀ ਆ ਜਾਂ ਲੀਸਡ ਕਾਰ ਜਿਹੜੀ ਕੈਸ਼ ਕਾਰ ਆ ਉਹ ਬੈਸਟ ਆਪਸ਼ਨ ਆ ਜਿਹੜੀ ਫਾਈਨਾਂਸ ਕਾਰ ਆ ਫਾਈਨਾਂਸ ਕਾਰ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਇਨਸਟਾਲਮੈਂਟਸ ਪੇ ਕਰਦੇ ਹੋ ਐਟ ਦਾ ਐਂਡ ਆਫ ਦਾ ਡੇ ਗੱਡੀ ਤੁਹਾਡੀ ਹੁੰਦੀ ਆ ਬਟ ਲੀਜ਼ ਦੇ ਵਿੱਚ ਐਦਾਂ ਨਹੀਂ ਹੁੰਦਾ ਲੀਜ਼ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਫਾਈਨਾਂਸਡ ਕਾਰ ਹੁੰਦੀ ਆ ਉਹਦੇ ਨਾਲੋਂ ਇਨਸਟਾਲਮੈਂਟ ਤੁਹਾਡੀਆਂ ਜ਼ਿਆਦਾ ਬਣਦੀਆਂ ਨੇ ਬਟ ਕੁਝ ਟਾਈਮ ਪੀਰੀਅਡ ਦੇ ਬਾਅਦ ਉਹ ਗੱਡੀ ਤੁਹਾਡੀ ਨਹੀਂ ਹੁੰਦੀ ਉਹ ਕੰਪਨੀ ਲੈ ਜਾਂਦੀ ਆ ਸੋ ਉਸ ਨੂੰ ਰეკਮੈਂਡ ਨਹੀਂ ਕਰਦੇ ਲੀਜ਼ ਕਾਰ ਸਿਰਫ ਉਹ ਲੋਕੀ ਪ੍ਰੈਫਰ ਕਰਦੇ ਨੇ ਜਿਨ੍ਹਾਂ ਦੇ ਬਿਜ਼ਨਸ ਅਕਾਊਂਟ ਹੁੰਦੇ ਨੇ ਉਹ ਇਸ ਗੱਡੀ ਦਾ ਖਰਚਾ ਆਪਣੇ ਐਕਸਪੈਂਸਸ ਦੇ ਵਿੱਚ ਪਾ ਕੇ ਟੈਕਸ ਸੇਵ ਕਰਦੇ ਨੇ ਹੁਣ ਆਪਾਂ ਫੋਰਥ ਪੁਆਇੰਟ ਦੀ ਗੱਲ ਕਰਦੇ ਆ ਐਕਸਪੈਂਸ ਰਿਲੇਟਡ ਟੂ ਦਾ ਕਾਰ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਐਕਸਪੈਂਸ ਆਉਂਦਾ ਇਨਸਟਾਲਮੈਂਟਸ ਤੁਹਾਡੀ ਇਨਸਟਾਲਮੈਂਟਸ ਕਿੰਨੀ ਜਾਂਦੀ ਉਹ ਜਦੋਂ ਤੁਸੀਂ ਕਾਰ ਬਾਏ ਕਰੋਗੇ ਉਹ ਤੁਹਾਨੂੰ ਰਾਈਟਵੇਅ ਕਲੀਅਰ ਹੋ ਜਾਣੀ ਦੂਜਾ ਪੁਆਇੰਟ ਤੁਹਾਡਾ ਆਉਂਦਾ ਇਨਸ਼ੋਰੈਂਸ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਸ ਦੇ ਲਈ ਅਸੀਂ ਰეკਮੈਂਡ ਕਰਦੇ ਹਾਂ ਕਿ ਤੁਸੀਂ ਮਿਨੀਮਮ 20 ਬ੍ਰੋਕਰਸ ਕੋਲ ਜਾ ਕੇ ਟਰਾਈ ਕਰੋ ਕਿਉਂਕਿ ਇੱਕ ਬ੍ਰੋਕਰ ਤੁਹਾਨੂੰ 900 ਡਾਲਰ ਇਨਸ਼ੋਰੈਂਸ ਦੀ ਕੋਟੇਸ਼ਨ ਦੇਊਗਾ ਤੇ ਦੂਜਾ ਬ੍ਰੋਕਰ ਤੁਹਾਨੂੰ 400 ਡਾਲਰ ਦੀ ਕੋਟੇਸ਼ਨ ਵੀ ਦੇ ਸਕਦਾ ਸੋ ਮਾਰਕੀਟ ਦੇ ਵਿੱਚ ਰਿਸਰਚ ਕਰੋ ਤੇ ਬੈਸਟ ਕੋਟੇਸ਼ਨ ਪਿਕ ਕਰੋ ਇਨ ਕੇਸ ਆਫ ਇੰਸ਼ੋਰੈਂਸ ਥਰਡ ਐਕਸਪੈਂਸ ਆਉਂਦਾ ਫਿਊਲ ਕਾਸਟ ਫਿਊਲ ਕਾਸਟ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਟਰੈਵਲ ਕਰਦੇ ਹੋ ਜਿੰਨਾ ਤੁਸੀਂ ਯੂਜ਼ ਕਰੋਗੇ ਉਹਨਾਂ ਥੋੜੀ ਇਹ ਕਾਸਟ ਵੱਧ ਸਕਦੀ ਆ ਲਾਸਟ ਐਕਸਪੈਂਸ ਮੰਨਿਆ ਜਾਂਦਾ ਮੇਨਟੇਨੈਂਸ ਮੇਨਟੇਨੈਂਸ ਦੇ ਵਿੱਚ ਤੁਸੀਂ ਟਾਇਰ ਚੇਂਜ ਕਰਾਉਣ ਦੀ ਕਾਸਟ ਹੁੰਦੀ ਆ ਫਿਊਲ ਚੇਂਜ ਕਰਾਉਣ ਦੀ ਕਾਸਟ ਹੁੰਦੀ ਆ ਜਾਂ ਕੁਝ ਬਰੋਕ ਹੋ ਗਿਆ ਉਹਦੀ ਕਾਸਟ ਵੀ ਐਡ ਹੋ ਜਾਂਦੀ ਆ ਕੈਨੇਡਾ ਦੇ ਵਿੱਚ ਤੁਸੀਂ ਓਪਰਚ्युनिटीਜ਼ ਦੇ ਲਈ ਆਉਂਦੇ ਹੋ ਜੇ ਤੁਸੀਂ ਅਫੋਰਡੇਬਿਲਿਟੀ ਤੋਂ ਬਾਹਰ ਜਾ ਕੇ ਆਪਣੀ ਲਾਇਬਿਲਟੀਜ਼ ਦੇ ਖਰਚੇ ਵਧਾ ਦਿੰਦੇ ਆ ਤਾਂ ਤੁਹਾਡੀ ਗਰੋਥ ਰੁਕ ਜਾਂਦੀ ਹੈ 90% ਕੇਸਿਸ ਦੇ ਵਿੱਚ ਸੋ ਤੁਹਾਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਹੀ ਇੱਕ ਰਾਈਟ ਕਾਰ ਚੂਜ਼ ਕਰਨੀ ਚਾਹੀਦੀ ਹੈ ਤਾਂ ਜੋ ਕਾਰ ਤੁਹਾਡੇ ਉਤੇ ਬਰڈن ਨਾ ਬਣੇ ਤੁਹਾਡੀ ਲਾਈਫ ਨੂੰ ਈਜ਼ੀ ਕਰ ਸਕੇ ਉਮੀਦ ਕਰਦੇ ਹਾਂਗੇ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਡਾ ਕੋਈ ਦੋਸਤ ਕਾਰ ਬਾਇ ਕਰਨਾ ਚਾਹੁੰਦਾ ਤਾਂ ਇਸ ਵੀਡੀਓ ਨੂੰ ਉਸ ਨਾਲ ਜ਼ਰੂਰ ਸ਼ੇਅਰ ਕਰੋ ਜੇ ਤੁਹਾਡਾ ਕੋਸ਼ਚਨ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਉਦੋਂ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ